मेरे गए थे मैंने तो कोई पता नहीं सी मैंने तो चौथे दिन जालम ने आके दस तेरा पुत्र लभदा नहीं वाकई का कोई पता नहीं सानू लगा अल्लाह दी दा हुई सानू कोई पता नहीं सुनया ते जहर दे के मारया अजी रो रो मर गया वानी है मेरे दिनों उसके डामने मर गया पुलिस को कुछ भी नहीं करी पुलिस ने क्या करना अभी तक तो तफ्तीश ही नाम कमल है वो बेहोश हो गया उल्टा लग पे करन ते मुंह दा सराना धर के उते बैठ गई ते नाल दा जेड़ा यार सी ओ इथे डेट दे उते बैठ गया। अस्सलाम वालेकुम व्यूअर्स, आप देख रहे हैं जी न्यूज़, मैं हूं आपकी मेज़बान माहम जुवेद। इस वक्त हम ओजला के एक गांव में मौजूद हैं जहां पांच बच्चों की मां ने अपने आशिक के साथ मिलकर अपने शोहर को जहर देकर मार डाला और नहर में फेंक दिया। आइए इनके लवाहिकीन से बात करते हैं और जानते हैं इस पूरे वाकये को। अस्सलाम वालेकुम। वालेकुम सलाम। ये जो मुजम्मिल फौत हुए हैं उनका आपसे क्या बेटा मेरा बेटा है आपका, इस पूरे वाकये के बारे में बताएं। वाकई का कोई पता नहीं सानू लगा अल्लाह दी दा हुई सानू कोई पता नहीं सुनया ते जहर दे के मारया। किसने जहर दिया? उन बीबी ने। क्यों पता नहीं, कुछ जनाने ना रली इसके बंदे ना दो रही होगा। तो पुलिस इसमें क्या कर रही है? पुलिस कुछ भी नहीं कर दी सकता। वजीर आला पंजाब साहब क्या दरख्वास्त करना चाहेंगे, आपको इंसाफ मिले? इंसाफ चाहिए सानू, अल्लाह दे कुणा मैं झोली करना वा मसीते बह के भी, तो मैनू इंसाफ चाहिए। रोटियां पका पका खड़िया ने टब्बर नु खवाईया ने, यही आंदी रही खैरी मेरी आस्था खेडदा खरों गया है, वापस नहीं आया। मेरे ताए दे पुत्र ने मार छड़े, मेरे बुब्बे दे पुत्र ने मार छड़े, हस हस के ਸਾਡਾ ਕਰਦੀ ਰਹੀ ਹੈ ਗੱਲਾਂ। ਰੋਈ ਤਾਂ ਹੈ ਹੀ ਨਹੀਂ, ਵਹਿਮ ਉਸ ਕੀਤਾ ਹੀ ਨਹੀਂ। ਅਸੀਂ ਰੋ ਰੋ ਮਰ ਗਿਆ ਵਾਂ ਨਹੀਂ, ਐਵੇਂ ਰੋਂਦੇ ਨੇ ਉਸ ਘੜਾ ਆਉਣਾ ਮਰ ਗਿਆ, ਆਪਣੀ ਜ਼ੁਬਾਨੀ ਆਉਂਦੀ ਸੀ। ਹਾਂਜੀ ਉਹ ਮਰ ਗਿਆ ਹੈ, ਤੁਸੀਂ ਨਾ ਰੋ, ਨਾ ਉਸ ਤੁਹਾਨੂੰ ਲੱਭਣਾ। ਕਿਸਨੇ ਆਪਕੋ ਇਹ ਕਹਾ ਥਾ? ਇਹ ਉਹ ਆਪ ਹੀ ਆਉਂਦੀ ਸੀ। ਕੀ ਨਾਮ ਹੈ ਉਹਨਾਂ ਦਾ? ਆਮਨਾ। ਆਮਨਾ, ਹਾਂਜੀ। ਉਹਨਾਂ ਦਾ ਮੁਸਮਿਲ ਦੇ ਸਾਥ ਕੀ ਰਿਸ਼ਤਾ ਹੈ? ਬੇਗਮ ਸੀ, ਜੀ ਬੇਗਮ ਸੀ। ਬੱਚੀਆਂ ਨੇ ਚਾਰ ਪੰਜਵਾਂ ਬੇਟਾ ਹੈ, ਵੱਡੇ ਵੱਡੇ ਨੇ ਮਾਸ਼ਾਅੱਲਾ ਤੁਹਾਡਿਆਂ ਨੇ। ਅੱਲਾਹ ਜਾਨ ਇਹਨਾਂ ਨੂੰ ਲੈਣਾ ਤੋਂ ਪਹਿਲਾਂ ਨਸ਼ਾ ਇਹਨਾਂ ਨੂੰ ਪਿਆ, ਇਸ ਮਗਰੋਂ ਉਹਨੂੰ ਪਿਆਇਆ ਸੁੱਕੀ ਮੈਂ ਮਾਰਿਆ ਸੁੱਕੀ ਨੇ, ਸਾਨੂੰ ਤਾਂ ਦੱਸਿਆ ਜੀ ਕੁਛ ਨਹੀਂ। ਆਉਂਦੇ ਆਉਂਦੇ ਰਹੀ ਆ ਖੈਰੀ, ਮੇਰੀ ਨਹਾ ਧੋ ਕੇ ਕੱਪੜੇ ਪਾ ਕੇ ਤਾਂ ਬਾਹਰ ਗਏ। ਕਿਆ ਦੇਖ ਕੇ ਕਿਆ ਚੀਜ਼ ਸੀ ਉਹਨਾਂ? ਹੁਣ ਆਪ ਹੀ ਉੱਥੇ ਦੱਸਿਆ ਸੋ, ਆਉਂਦੇ ਨੇ ਮੈਂ ਜੂਸ ਬਣਾਇਆ ਸੁ ਕੇਲੇ ਦਾ ਅਤੇ ਵਿੱਚ ਗੋਲੀਆਂ ਪਾਈਆਂ ਸੁ, ਵੀ ਕੋਈ ਜ਼ਹਿਰ ਦੀ ਗੋਲੀ ਸੀ ਉਹ ਪਾਈ ਸੁ, ਅਤੇ ਉਹਨੂੰ ਪਿਆਇਆ ਸੁ, ਉਹ ਬੇਹੋਸ਼ ਹੋ ਗਿਆ ਉਲਟੀਆਂ ਲੱਗ ਪਿਆ ਕਰਨ ਤੋਂ, ਅਤੇ ਮੂੰਹ ਦਾ ਸਰਾਣਾ ਧਰ ਕੇ ਉੱਤੇ ਬਹਿ ਗਈ, ਅਤੇ ਨਾਲ ਦਾ ਜਿਹੜਾ ਯਾਰ ਸੀ ਉਹ ਇੱਥੇ ਡੇਟ ਦੇ ਉੱਤੇ ਬਹਿ ਗਿਆ, ਅਤੇ ਪਤਾ ਨਹੀਂ ਕੰਬਲ ਚਲ ਵੇਟ ਕੇ ਨਹਿਰੇ ਸੋਟਾ ਨੇ ਜਾ ਕੇ ਧੀਏ ਉਹ ਦਲ ਛੱਡਿਆ ਨੇ, ਵੱਡੇ ਛੱਡਿਆ ਨੇ, ਮਿੰਟ ਚੋਂ ਪੰਜੀ ਦਿਨ ਮਗਰੋਂ ਦੱਸਿਆ ਨੇ, ਅਤੇ ਤੇਰਾ ਪੁੱਤਰ ਲੱਭ ਜਾਂਦੇ, ਮੇਰਾ ਲੋਕ ਬੂਹਾ ਭੰਨਦੇ ਨੇ, ਸੱਚੀ ਹੋਣ ਆਈ ਸੀ ਮੇਰੇ ਕੋਲ। ਹਾਂ ਸਾਨੂੰ ਉਸ ਹੋਰ ਕੁਛ ਨਹੀਂ ਦੱਸਿਆ, ਇਹ ਹੀ ਉਸ ਆਖਿਆ ਮੇਰੇ ਤਾਏ ਦੇ ਪੁੱਤਰ ਮੇਰੀ ਫੁੱਪੀ ਦੇ ਪੁੱਤਰ ਨੇ ਮਾਰਿਆ। ਪੁਲਿਸ ਕਿਆ ਕਰ ਰਹੀ ਹੈ ਇਸਮੇਂ, ਕੋਈ ਐਕਸ਼ਨ ਲੈ ਰਹੀ ਹੈ? ਮੈਨੂੰ ਤਾਂ ਕੋਈ ਪਤਾ ਨਹੀਂ, ਤੁਹਾਡੇ ਨਾਲ ਤਾਂ ਕਿਸੇ ਪਹਿਲਾਂ ਤਾਵਾ ਨਹੀਂ ਕੋਈ ਨਹੀਂ ਕੀਤਾ, ਤੇ ਮਹੀਨਾ ਡੇਢ ਹੋ ਗਿਆ। ਹਮਾਰੇ ਸਾਥ ਮੌਜੂਦ ਹੈ ਮੁਜ਼ੰਮਿਲ ਕੇ ਭਾਈ ਜੋ ਇਸ ਐਫ ਆਈ ਆਰ ਕੇ ਮੁਦਈ ਹੈ, ਇਨਸੇ ਜਾਣਤੇ ਹੈ ਪੂਰੇ ਵਾਕਿਏ ਕੇ ਬਾਰੇ ਮੇਂ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਮੁਝੇ ਇਸ ਵਾਕਿਏ ਕੇ ਬਾਰੇ ਮੇਂ ਬਤਾਏ, ਉਨਕਾ ਜ਼ਹਿਰ ਉਨਕੋ ਕਿਸਨੇ ਦਿਆ ਔਰ ਕੈਸੇ, ਕਿਸ ਸਾਰਾ ਵਾਕਿਆ ਬਤਾਏ। ਦੇਖੋ ਮੇਰੇ ਭਾਈ ਕੋ ਜ਼ਹਿਰ ਦੇ ਕੇ ਮਾਰਾ ਗਿਆ, ਜ਼ਹਿਰ ਦੇ ਕੇ ਮਾਰ ਕੇ ਇਸਕੋ ਲਾਸ਼ ਜੋ ਹੈ ਉਸਕੀ ਓਜਲਾ ਵਾਲੀ ਨਹਿਰ ਉਸਮੇਂ ਫੇਂਕਾ ਗਿਆ। ਉਧਰ ਸੇ ਜ਼ੇਰਾਬਾਦ ਪੁਲਿਸ ਨੇ ਕਾਰਵਾਈ ਕੀ ਔਰ ਉਸਕੋ ਲੈ ਜਾ ਕੇ ਮੁਰਲੀ ਸ਼ਾਹ ਕਬਰਸਤਾਨ ਜ਼ੇਰਾਬਾਦ ਮੇਂ ਦਫਨਾ ਦਿਆ ਗਿਆ। ਲਾਸ਼ ਕਿਤਨੇ ਦਿਨ ਬਾਅਦ ਆਪਕੋ ਪਤਾ ਚਲਾ? ਲਾਸ਼ ਕਾ ਪਤਾ ਚਲਿਆ ਮੈਂ 13 ਦਿਨ ਪਹਿਲੇ। ਪੁਲਿਸ ਮੇਂ ਕਿਆ ਕਰ ਰਹੀ ਹੈ? ਪੁਲਿਸ ਤੋਂ ਕੁਛ ਵੀ ਨਹੀਂ ਕਰ ਰਹੀ, ਪੁਲਿਸ ਨੇ ਕਿਆ ਕਰਨਾ? ਅਭੀ ਤੱਕ ਤਾਂ ਤਫਤੀਸ਼ ਹੀ ਨਾਮ ਕਮਲ ਹੈ ਕਿ ਜੋ ਪਹਿਲੀ ਕਾਰਵਾਈ ਹੈ ਉਸਕੀ 174 ਕੀ ਕਾਰਵਾਈ ਕੀ, ਉਸਮੇਂ ਇਹ ਹੈ ਕਿ ਉਸਕੇ ਜਿਸਮ ਕੇ ਉੱਪਰ ਕੋਈ ਨਿਸ਼ਾਨ ਨਹੀਂ ਹੈ, ਲੇਕਿਨ ਇਹ ਹੈ ਕਿ ਉਸਕੇ ਮੂੰਹ ਮੇਂ ਦਾਂਤ ਨਹੀਂ ਹੈ, ਇਹ ਸਾਰੇ ਨਿਸ਼ਾਨ ਬਣੇ ਹੋਏ ਹੈ, ਕਿ ਉਸਕੋ ਤਸ਼ੱਦਦ ਕਰਕੇ ਮਾਰਾ ਗਿਆ। ਵਜ਼ੀਰ ਆਲਾ ਪੰਜਾਬ ਸੇ ਆਪ ਕਿਆ ਕਹਿ ਰਹੇ ਹੋ? ਵਜ਼ੀਰ ਆਲਾ ਪੰਜਾਬ ਸੇ ਇਹ ਕਿ ਜੋ ਮੁਸਲਮਾਨ ਦਾ ਸਖਤ ਸਖਤ ਸਵਾਲ ਹੈ।
नाज़रीन, जैसा कि आपने इनके लवाहिकीन की बात सुनी है, आमना और उसका आशिक हसन, जिसने अपने शोहर मुजम्मिल को जहर देकर मार डाला और करीबी नहर में जाकर फेंक गए। 13 दिन बाद वज़ीराबाद सदर पुलिस ने उसे लावारिस करार देकर दफना दिया। सुहेल, जो इस FIR के मुद्दई हैं और मुजम्मिल के भाई हैं, उन्होंने कोर्ट के ऑर्डर से आज जो है डेड बॉडी को घर लेकर आए हैं। डेड बॉडी घर आते ही हर आँख नमदीदा हो गई है। उस डेड बॉडी को अब अपने करीबी कब्रिस्तान में दफनाएंगे। मुजम्मिल, जिसके 5 बच्चे हैं, 1 बेटा और 4 बेटियां, वो अपने बच्चों को रोते हुए छोड़ गया है। दूसरी जानिब इनका कहना है, वज़ीर आला पंजाब से इनकी यही अपील है कि ऐसी औरतों को सख्त से सख्त सजा दी जाए, ताकि कोई भी औरत दोबारा अपने शोहर को ऐसे कत्ल करने की जरूरत ना करे। इसी के साथ मुझे दीजिए इजाज़त। मैं हूँ आपकी मेज़बान माहम जवेद। खुदा हाफ़िज़।